ਮੇਰੇ ਤਿੰਨ, ਇੱਕ 16 ਸਾਲਾਂ ਦੀ ਬੇਟੀ, ਇੱਕ 14 ਸਾਲਾਂ ਦੀ, 12 ਸਾਲਾਂ ਦਾ ਮੇਰਾ ਬੇਟਾ, ਮੇਰੇ ਬੱਚੇ ਜਵਾਨ ਨੇ। ਨਾਨੀ ਰੱਖੀ ਹੈ ਵੀ PNC ਰੁਦਰਾ ਅਕੈਡਮੀ 'ਚ ਕੰਮ ਕਰਦੇ ਸੀ ਦੇ ਝਾੜੂ ਪੋਚ, ਉਹ ਵੀ ਝਾੜੂ ਪੋਚਕ ਦੇ ਵੀ, ਅਤੇ ਇਹਨਾਂ ਦੇ ਇਕੱਠਿਆਂ ਦੇ ਸੰਬੰਧ ਬਣ ਗਏ, ਬਹਿਣ ਉੱਠਣ ਇਕੱਠੇ ਲੱਗ ਗਏ, ਭੈਣ ਬਣਾ ਲਈ, ਭੈਣ ਤੋਂ ਨਿਰੰਨ ਬਣਾ ਲਈ, ਉਦੋਂ ਬਾਅਦ ਘਰੇ ਲਿਆਉਣਾ, ਘਰੇ ਗੰਦ ਕਰਨ ਲੱਗ ਗਿਆ, ਮੈਨੂੰ ਕੰਮ 'ਤੇ ਛੱਡਾਂ ਸੀ, ਬੱਚੇ ਕੰਮ 'ਤੇ ਛੱਡਾਂ ਸੀ, ਘਰੇ ਲੈਣ ਸੀ ਸ਼ਰੇਆਮ। ਸਾਰੇ ਇਸ਼ਕ ਕਰਨਾ ਚਾਹੁੰਦਾ, ਬਸ ਇਸ਼ਕ ਇਸ਼ਕ, ਨਾ ਤਾਂ ਬੇਟੀਆਂ ਹੋਵੇ, ਨਾ ਇਹ ਹੋਵੇ, ਨਾ ਬੇਟਾ ਹੋਵੇ, ਇੱਕ ਤਰਸ ਤਰਸ ਕੇ ਮੈਂ ਬੇਟਾ ਲਿਆ, ਨਾ ਬੇਟੇ ਦਾ ਬਣਦਾ, ਨਾ ਬੇਟੀਆਂ ਦਾ ਬਣਦਾ, ਨਾ ਮੇਰਾ ਬਣਦਾ, ਕਹਿੰਦਾ ਅਮਨ ਹੀ ਅਮਨ ਹੋਵੇ ਬਸ। ਮੈਨੂੰ ਆਂਢ ਗੁਆਂਢ ਦੱਸਿਆ ਵੀ ਤੇਰਾ ਬੰਦਾ ਘਰੇ ਜਨਾਨੀ ਲਿਆਉਂਦਾ, ਤੇ ਇੰਨੇ ਇੰਨੇ 2.5-2.5 ਘੰਟੇ ਵਿੱਚ ਰੱਖਦਾ, ਡੇਢ ਬੂਹਾ ਲਾ ਲੈਂਦਾ, ਤੇ ਵੀ ਇਸ ਤਰ੍ਹਾਂ ਲਿਆਉਂਦਾ ਸ਼ਰੇਆਮ। ਹਮਲਾ ਕੀਤਾ ਉਹਨੂੰ ਮਿਲ ਕੇ ਆਏ, ਇਹਨੇ ਨਸ਼ਾ ਪੱਤਾ ਕੀਤਾ ਸੀ, ਫੁੱਲ ਕੈਪਸੂਲ ਘਰੋਂ ਮੇਰੇ ਸਾਹਮਣੇ ਖਾ ਤੇ ਗਿਆ, ਪੋਸਤ ਖਾ ਤੇ ਗਿਆ, ਸ਼ਰਾਬ ਰੱਜ ਕੇ ਪੀ ਤੇ ਗਿਆ, ਫਿਰ ਉੱਧਰੋਂ ਵੀ ਗੰਦ ਪਿੱਲ ਖਾ ਕੇ, ਗੰਦ ਪਿੱਲ ਉਹਦੇ ਨਾਲ ਕਰਕੇ ਫਿਰ ਮੇਰੇ ਕੋਲ ਆਇਆ, ਫਿਰ ਆਉਂਦੇ ਨੂੰ ਮੈਂ ਆਖਿਆ ਮੈਨੂੰ ਮੈਂ ਆ ਗਿਆ, ਤੇ ਮੈਨੂੰ ਆਹ ਰੋਟੀ ਦੇ, ਤੇ ਮੈਂ ਗੁੱਸੇ ਨਾਲ ਰੋਟੀ ਨਹੀਂ ਫੜਾਈ ਇਹਨਾਂ ਨੂੰ। ਲਾਈਟ ਆਫ ਕਰੀ ਪਣੀ ਤੇ ਕੋਈ ਪਾਈ ਚੋਰੀ ਆਂਟੀ ਕੀ ਨਾਮ ਤੇ ਕਿੱਥੇ ਗਏ? ਕੁਲਵਿੰਦਰ ਮੇਰਾ ਨਾਮ ਹੈ, ਬੇਦੀ ਕੁਲਨ ਫੇਸ ਟੂ ਜੀਚ ਕੇ ਗਈ ਮੈਂ। ਹਾਂਜੀ, ਕਿੰਨੀ ਦੇਰ ਹੋ ਗਈ ਵਿਆਹ ਹੋਏ ਤੇ ਕਿੰਨੇ ਬੱਚੇ ਨੇ? ਬੱਚੇ ਮੇਰੇ ਤਿੰਨ, ਇੱਕ 16 ਸਾਲਾਂ ਦੀ ਬੇਟੀ, ਇੱਕ 14 ਸਾਲਾਂ ਦੀ, 12 ਸਾਲਾਂ ਦਾ ਮੇਰਾ ਬੇਟਾ, ਮੇਰੇ ਬੱਚੇ ਜਵਾਨ ਨੇ। ਤੁਸੀਂ ਮਿਹਨਤ ਮਜ਼ਦੂਰੀ ਕਰਕੇ ਬੱਚੇ ਪਾਲਦੇ? ਝਾੜੂ ਪੋਚਾ ਕਰਨੇ ਸਰ। ਤੇ ਜਿਹੜੀ ਉਹ ਤੁਹਾਡੇ ਘਰ ਵਾਲੇ ਰੱਖੀ ਲਈ ਹੈ, ਉਹਦੀ ਕੀ ਹੋਇਆ? ਉਹ ਜਨਾਨੀ ਰੱਖੀ ਹੈ ਵੀ PNC ਰੁਦਰਾ ਅਕੈਡਮੀ 'ਚ ਕੰਮ ਕਰਦੇ ਸੀ ਦੇ ਝਾੜੂ ਪੋਚ, ਉਹ ਵੀ ਝਾੜੂ ਪੋਚਕ ਦੇ ਵੀ, ਅਤੇ ਇਹਨਾਂ ਦੇ ਇਕੱਠਿਆਂ ਦੇ ਸੰਬੰਧ ਬਣ ਗਏ, ਬਹਿਣ ਉੱਠਣ ਇਕੱਠੇ ਲੱਗ ਗਏ, ਭੈਣ ਬਣਾ ਲਈ, ਭੈਣ ਤੋਂ ਨਿਰੰਨ ਬਣਾ ਲਈ, ਉਦੋਂ ਬਾਅਦ ਘਰੇ ਲਿਆਉਣਾ, ਘਰੇ ਗੰਦ ਕਰਨ ਲੱਗ ਗਿਆ, ਮੈਨੂੰ ਕੰਮ 'ਤੇ ਛੱਡਾਂ ਸੀ, ਬੱਚੇ ਕੰਮ 'ਤੇ ਛੱਡਾਂ ਸੀ, ਘਰੇ ਲੈਣ ਸੀ ਸ਼ਰੇਆਮ। ਅਤੇ ਮੈਨੂੰ ਆਂਢ ਗੁਆਂਢ ਦੱਸਿਆ ਵੀ ਤੇਰਾ ਬੰਦਾ ਘਰੇ ਜਨਾਨੀ ਲਿਆਉਂਦਾ, ਤੇ ਇੰਨੇ ਇੰਨੇ 2.5-2.5 ਘੰਟੇ ਵਿੱਚ ਰੱਖਦਾ, ਡੇਢ ਬੂਹਾ ਲਾ ਲੈਂਦਾ, ਅਤੇ ਵੀ ਇਸ ਤਰ੍ਹਾਂ ਲਿਆਉਂਦਾ ਸ਼ਰੇਆਮ। ਅਤੇ ਮੈਂ ਫਿਰ ਰੌਲਾ ਪਾਉਣ ਲੱਗ ਪਈ, ਲੜਾਈ ਕਰਨ ਲੱਗ ਪਈ, ਉਸ ਦਿਨ ਤੋਂ ਸਾਡੀ ਲੜਾਈ ਸ਼ੁਰੂ ਹੋ ਗਈ, 2.5 ਸਾਲ ਹੋ ਗਏ ਸਾਡੀ ਲੜਾਈ 'ਚ, 2.5 ਸਾਲ ਹੋ ਗਏ ਬੁੜੀ ਰੱਖੀ ਨੂੰ ਲੜਾਈ 'ਚ, ਉਹ 2.5 ਸਾਲਾਂ ਤੋਂ ਮੈਨੂੰ ਕੁੱਟਦਾ ਮਾਰਦਾ, ਇਸ ਤਰ੍ਹਾਂ ਹੀ ਮੈਨੂੰ ਕੁੱਟਾਂ ਮਾਰਾ, ਐਵੇਂ ਸਿਰ ਪੜ ਅੱਗੇ 5 ਟਾਂਕੇ ਲੱਗੇ ਸੀ, ਮੈਨੂੰ ਕੁੱਟਾਂ ਮਾਰੇ ਐਵੇਂ ਕਰਦਾ ਆਉਂਦਾ, ਅਤੇ ਮੈਂ ਬਚਾ ਆ ਵੀ ਮੈਂ ਛਡਾ ਨਹੀਂ ਛੱਡਦਾ, ਕਹਿੰਦਾ ਉਹੀ ਰੱਖਾਂ ਮੈਂ, ਅਮਨ ਬਿਨਾਂ ਬਚ ਨਹੀਂ ਸਕਦਾ, ਪੱਟੀਆਂ ਵਾਲੀ ਬਸਤੀ ਦੀ ਅਮਨ ਨਾ ਕੁੜੀ, ਤਾਂ ਪੱਟੀਆਂ ਵਾਲੀ ਬਸਤੀ ਰਹਿਣ ਵਾਲੀ।
ਹਮਲਾ ਕੀਤਾ ਉਹਨੂੰ ਮਿਲ ਕੇ ਆਇਆ, ਇਹਨੇ ਨਸ਼ਾ ਪੱਤਾ ਕੀਤਾ ਸੀ, ਫੁੱਲ ਕੈਪਸੂਲ ਘਰੋਂ ਮੇਰੇ ਸਾਹਮਣੇ ਖਾ ਤੇ ਗਿਆ, ਪੋਸਤ ਖਾ ਤੇ ਗਿਆ, ਸ਼ਰਾਬ ਰੱਜ ਕੇ ਪੀ ਤੇ ਗਿਆ, ਫਿਰ ਉੱਧਰੋਂ ਵੀ ਗੰਦ ਪਿੱਲ ਖਾ ਕੇ ਗੰਦ ਪਿੱਲ ਉਹਦੇ ਨਾਲ ਕਰਕੇ ਫਿਰ ਮੇਰੇ ਕੋਲ ਆਇਆ। ਫਿਰ ਆਉਂਦੇ ਨੂੰ ਮੈਂ ਕਿਹਾ ਮੈਨੂੰ ਮੈਂ ਆ ਗਿਆ ਹੈ ਤੇ ਮੈਨੂੰ ਆਹ ਰੋਟੀ ਦੇ, ਤੇ ਮੈਂ ਗੁੱਸੇ ਨਾਲ ਰੋਟੀ ਨਹੀਂ ਫੜਾਈ ਇਹਨਾਂ ਨੂੰ, ਰੋਟੀ ਨਹੀਂ ਮੈਂ ਫੜਾਈ, ਤੇ ਮੈਂ ਆਪਦਾ ਝਾੜੂ ਲਾਏ ਜਾਂਦੀ, ਝਾੜੂ ਲਾਉਂਦਾ ਲਾਉਂਦਾ ਰੋਟੀ ਖਾਂਦਾ ਖਾਂਦਾ ਮੈਨੂੰ ਆਉਂਦਾ ਮੈਂ ਪੰਚਾਇਤ ਇਕੱਠੀ ਕਰਨੀ। ਮੈਂ ਕਿਸ ਗੱਲ ਤੋਂ ਕਰੇਗਾ ਪੰਚਾਇਤ ਇਕੱਠੀ, ਮੈਂ ਕਿਹਾ ਕਾਹਦੇ ਤੋਂ ਕਰੇਗਾ, ਕਹਿੰਦਾ ਤੂੰ ਮੈਨੂੰ ਨਜਾਇਜ਼ ਕਹਿੰਦੀ ਨਜਾਇਜ਼ ਕਹਿੰਦੀ। ਮੈਂ ਕਾਸ਼ ਨਜਾਇਜ਼ ਅੱਜ ਤੱਕ ਨਹੀਂ ਮੈਂ ਕਿਹਾ ਤੇ ਵੀ ਨਜਾਇਜ਼ ਨਹੀਂ ਮੈਂ ਕਦੇ ਕਿਹਾ ਵੀ। ਇਹਨੇ ਮੈਨੂੰ ਨਾ ਰੋਟੀ ਖਾਂਦੇ ਖਾਂਦੇ ਪਲੇਟ ਮੇਰੇ ਸਿਰ 'ਚ ਮਾਰੀ ਤੇ ਮੈਂ ਭੱਜ ਕੇ ਇਹ ਕੋਠੇ 'ਤੇ ਗਿਆ ਰਾੜ ਲੈਣ। ਰਾੜ ਨੇ ਮੇਰੇ ਮਾਰਨ ਲਈ ਸਾਂਭ ਕੇ ਰੱਖਿਆ, ਕਾਪਾ ਕਿਰਪਾਨ ਮੇਰੇ ਬੈੱਡ ਦੇ ਗੱਦੇ ਦੇ ਥੱਲੇ ਰੱਖੇ ਹੋਏ ਨੇ। ਹਾਂਜੀ ਕਹਿੰਦਾ ਮੈਂ ਤੈਨੂੰ ਵੱਢਣਾ ਟੁੱਕਣਾ ਮਾਰਨਾ, ਇਸ਼ਕ ਦਾ ਭੂਤ ਸਵਾਰ ਏ, ਇਸ਼ਕ ਕਰਨਾ ਚਾਹੁੰਦਾ ਬਸ ਇਸ਼ਕ ਇਸ਼ਕ, ਨਾ ਆਉਂਦਾ ਬੇਟੀਆਂ ਆਵਣਾ ਇਹ ਹੋਵੇ ਨਾ ਬੇਟਾ ਹੋਵੇ, ਇੱਕ ਤਰਸ ਤਰਸ ਕੇ ਮੈਂ ਬੇਟਾ ਲਿਆ, ਨਾ ਬੇਟੇ ਦਾ ਬਣਦਾ ਨਾ ਬੇਟੀਆਂ ਦਾ ਬਣਦਾ ਨਾ ਮੇਰਾ ਬਣਦਾ। ਕਹਿੰਦਾ ਅਮਨ ਹੀ ਅਮਨ ਹੋਵੇ ਬਸ। ਹਾਂਜੀ ਬੱਚੇ ਮੈਂ ਬੱਚਿਆਂ ਨੂੰ ਰਾਤ ਨੂੰ ਧਮਕੀ ਦਿੱਤੀ, ਬੱਚੇ ਮੈਂ ਘਰੋਂ ਕੱਢ ਬੈਠੀ, ਗਲਤੀ ਬੜੀ ਕਰ ਲਈ। ਮੇਰੇ ਬੱਚਿਆਂ ਨੂੰ ਮੈਂ ਕਲਾ ਬੈਠੀ ਤਾਊ ਕੋਲੇ, ਮੈਂ ਮਾਰਨਾ ਦੇਵੇ ਮੇਰੇ ਬੱਚਿਆਂ ਨਾਲ ਮਾਰ ਦੇ ਮੈਂ ਭੱਜ ਜਾਵਾਂਗੀ, ਭੱਜਣ ਦੀ ਕੋਸ਼ਿਸ਼ ਕੀਤੀ। ਦਿਨੇ ਇਹਨੇ ਮੇਰੇ ਤੇ ਇੰਨਾ ਵੱਡਾ ਹਮਲਾ ਕਰ ਦਿੱਤਾ। ਫਿਰ ਇੱਕ ਦਿਨ ਆਈ ਲੈ ਕੇ ਆਇਆ, ਅੰਦਰ ਲੈ ਕੇ ਵੜਿਆ ਬੈਠਾ, ਡੇਢ ਘੰਟਾ ਹੋ ਗਿਆ। ਮੇਰਾ ਜੇਠ ਆਇਆ, ਜੇਠ ਨੇ ਅੰਦਰ ਮੌਕਾ ਵੇਖਿਆ, ਅੰਦਰ ਚੁੰਨੀ ਹੁੰਦੀ ਪਈ ਸੀ, ਉਹਦਾ ਪਰਸ ਪਿਆ ਸੀ ਅੰਦਰ, ਭਰਾ ਅੰਦਰ ਲੈ ਕੇ ਮੇਰੇ ਘਰ ਵਾਲਾ ਜਨਾਨੀ ਨੂੰ ਸੁੱਤਾ ਪਿਆ ਸੀ ਮੇਰੇ ਕਮਰੇ 'ਚ, ਅਤੇ ਜਨਾਨੀ ਨੂੰ ਲੈ ਕੇ ਸੁੱਤਾ ਪਿਆ ਸੀ ਕਮਰੇ ਦੇ ਵਿੱਚ। ਪੁਰਾਣੇ ਬੂਹਾ ਖਿਲਾਇਆ, ਅੰਦਰ ਵਾੜਿਆ, ਅਤੇ ਜਦੋਂ ਉਹ ਜਨਾਨੀ ਨੂੰ ਮਿਲ ਜੁੜ ਕੇ ਬਾਹਰ ਨਿਕਲਿਆ, ਫਿਰ ਉਹਨੇ ਉਸ 'ਚ ਕਮਰੇ 'ਚ ਮੇਰੇ ਕਮਰੇ ਦਾ ਜੰਦਰਾ ਲਾ ਤਾ, ਜੰਦਰਾ ਲਾ ਕੇ ਬਾਹਰ ਨਿਕਲਿਆ। ਫਿਰ ਅੱਜ ਭਰਾ ਨੂੰ ਜਲਦੀ ਜਾ ਭਰਾ ਨੂੰ ਸਾਰਾ ਪਤਾ ਲੱਗ ਗਿਆ ਸੀ ਅੰਦਰ ਜਨਾਨੀ ਰੱਖੀ, ਵੀ ਅੰਦਰ ਪਰਸ ਓਪਰਾ ਪਿਆ, ਮੋਬਾਇਲ ਉਹ ਪਿਆ, ਚੁੰਨੀ ਆਉਂਦੀ ਪਈ। ਮੇਰੀ ਬੇਟੀ ਨੇ ਦੱਸ ਵੀ ਦਿੱਤਾ, ਜਿਹੜੀ ਮੇਰੇ ਪਾਪਾ ਨੇ ਅਕੈਡਮੀ 'ਚ ਕੰਮ ਕਰਦੀ, ਪਾਪਾ ਜੀ ਉਹ ਜਨਾਨੀ ਹੈ। ਅਤੇ ਇਹਨਾਂ ਨੇ ਫਿਰ ਨਹੀਂ, ਮੇਰੇ ਜੇਠ ਨੇ ਕੇਅਰ ਕੀਤੀ, ਇਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕੁੱਟ ਗਏ ਮਾਰ ਗਏ, ਉਸੇ ਟਾਈਮ ਫੜ ਗਏ ਕੁਲਵਿੰਦਰ ਘਰੇ ਨੇ, ਪਹਿਲੇ ਹੀ ਮੌਕਾ ਸੰਭਾਲਿਆ। ਇਹ ਗੱਲਾਂ ਨਹੀਂ ਤਾਂ ਇੱਥੋਂ ਤੱਕ ਮੈਂ ਨੌਬਤ ਨਹੀਂ ਸੀ ਆਉਣੀ, ਜੇ ਇਹਦਾ ਪਰਿਵਾਰ ਇਹਦੇ ਉੱਤੇ। ਹਾਂਜੀ 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 ਮੈਨੂੰ ਰਾਤ ਵੀ ਉਹਨੇ ਉਹ ਕਿਹਾ ਸੀ ਵੀ ਮੈਂ ਤੈਨੂੰ ਮਾਰ ਦੇਣਾ ਫੌਜੀ, ਦਿਨੇ ਵੀ ਮੈਨੂੰ ਕਹਿੰਦਾ ਮਾਰ ਦੇਣਾ। ਫਿਰ ਕਹਿੰਦਾ ਲੈ ਅੱਜ ਤੇਰਾ ਤਾਂ ਕੰਮ ਕਰ ਹੀ ਦੇਣਾ, ਤੈਨੂੰ ਨਹੀਂ ਛੱਡਣਾ ਮੈਨੂੰ ਜਦੋਂ ਰਾੜ ਚੱਪ। ਹਾਂਜੀ ਹਾਂਜੀ ਮੈਂ ਬਚਾਅ ਕਰਨ ਲਈ ਕਿਸੇ ਦੇ ਘਰੇ ਗਈ, ਉੱਥੇ ਮੈਨੂੰ ਰਾੜਾ ਮਾਰ ਮਾਰ ਸਿਰ ਪੜਦੇ। ਫਿਰ ਮੈਨੂੰ ਕਿਹਾ ਕਾਸ਼ ਮੈਨੂੰ ਨਾ ਮਾਰ, ਵੇਖੋ ਮੇਰੇ ਖੂਨ, ਵੇਖੋ ਮੇਰੇ ਖੂਨ। ਇਹਨੇ ਮੈਨੂੰ ਫਿਰ ਵੀ ਨਾ ਲੋਕਾਂ ਨੇ ਨਹੀਂ ਛਡਾਇਆ। ਫਿਰ ਮੈਨੂੰ ਕਹਿੰਦਾ ਕਿ ਮਾਸੀ ਸੱਸ ਘਰੇ ਮਿਲਾਉਂਦੀ, ਪੈਸੇ ਲੈਂਦੀ ਮੇਰੇ ਘਰ ਵਾਲੇ ਤੋਂ, 1500 ਰੁਪਈਆ ਲੈਂਦੀ ਸੀ, ਬਾਹਰ ਆਪ ਬਹਿੰਦੀ ਸੀ ਬੂਹੇ ਕੇ, ਅੰਦਰ ਇਹਨਾਂ ਨੂੰ ਵਾੜ ਦਿੰਦੀ ਸੀ, ਮਿਲਾਉਂਦੀ ਸੀ। ਸੱਸ ਮੇਰੀ ਇਹਦੇ ਨਾਲ ਸਹਿਮਤ ਸੀ, ਕਹਿੰਦੀ ਕੋਈ ਗੱਲ ਨਹੀਂ ਪੁੱਤ ਤੂੰ ਇਹ ਮਾਰ ਵੀ ਜਾ ਕੇ ਤੈਨੂੰ ਨਵੀਂ ਲਿਆ ਦਾਂਗੇ। ਹਾਂਜੀ ਕਾਰਵਾਈ ਜਿੰਨੀ ਵੀ ਸਖ਼ਤ ਤੋਂ ਸਖ਼ਤ ਹੋ ਸਕੇ ਉਨੀ। ਰਾਜ ਜੀ ਮੇਰੀ ਲੜਕੀ ਵਿਆਹ ਇਹਦਾ ਆਪਣੇ ਆਪਦੇ ਘਰੇ ਕੀਤਾ, ਇਹਨਾਂ ਦਾ ਵਧੀਆ ਵਿਆਹ ਕੀਤਾ ਸਾਰੇ ਭੈਣਾਂ ਭਰਾਵਾਂ ਨਾਲ, ਛੋਟੀ ਚਾਵਾਂ ਚਵਿੰਦਾ ਨਾਲ ਵਿਆਹ ਕੀਤਾ। ਕੁੱਟਮਾਰ ਇਹਦਾ ਘਰ ਵਾਲਾ ਕਰਦਾ, ਉਹਨੇ ਗੈਰ ਜਨਾਨੀ ਰੱਖੀ ਹੋਈ ਹੈ ਆਸ਼ਕੀ ਦੇ ਵਿੱਚ ਭੂਤ ਨੇ, ਤੇ ਉਹ ਸਿਰ 'ਚ ਮਾਰ ਮਾਰ ਤੇ ਮੇਰੀ ਧੀ ਨੂੰ ਮਾਰਦਾ, ਆਉਂਦਾ ਜਾਨੂੰ ਮਾਰ ਦੇਣਾ, ਛੱਡਣਾ ਨਹੀਂ ਦਾ, ਇਹਨੂੰ ਨਹੀਂ ਛੱਡਣਾ, ਇਹਦੀ ਮਾਂ ਘਰ ਵਿਚਾੜਦੀ, ਇਹਦੇ ਭਰਾ ਘਰ ਵਿਚਾੜਦੇ, ਆਉਂਦਾ ਤਲਾਕ ਲੈਣਾ। ਹਾਂ ਬਹੁਤ ਬੇਰਾਮੀ ਨਾਲ, ਬਹੁਤ ਇੱਕ ਦਿਨ ਉਹਨੇ ਪੂਰਾ ਰੈਂਬੋ ਏਡਾ ਵੱਡਾ ਮੇਰੇ ਜਿੱਡਾ ਤੋੜਿਆ ਉੱਤੇ। ਹਾਂ ਜਦੋਂ ਜੀ ਕਰਦਾ, ਹਾਂ ਉਹਦੇ ਪਿੱਛੇ ਜੀ। ਹਾਂ ਬਚਾ ਕਿਸੇ ਦੇ ਘਰੇ ਵੜੀਏ ਤੇ ਉਧਰੋਂ ਨਿਕਲ ਆਈ ਸਿਰ ਤੇ ਚਾੜਿਆ ਆਇਆ,
ਉਦੋਂ ਬਾਅਦ ਫਿਰ ਭੱਜ ਤੇ ਥੋੜਾ ਜਿਹਾ ਦੂਰ ਜਾ ਤੇ ਕਿਸੇ ਦੇ ਘਰੇ ਵੜੀ ਹੈ, ਬੂਹਾ ਨਹੀਂ ਆਉਂਦਾ ਤੇ ਪੂਰਾ ਟੁੱਕਿਆ ਤੇ ਇਹਨੇ ਬੂਹਾ ਖਿੱਚ ਖਿੱਚ ਤੇ ਤੋੜ ਤੇ ਅੰਦਰ ਵੜ ਗਿਆ ਉਹਨਾਂ ਦੇ, ਤੇ ਅੰਦਰ ਗੁੱਠ ਚ ਲੱਗੀ ਪਈ ਵੀ ਚੱਲ ਮੈਂ ਗੁੱਠ ਚ ਲੱਗ ਜਾ ਨੀ ਖਰੇ ਨਾ, ਉੱਥੇ ਰਾੜਾ ਮਾਰ ਮਾਰ ਤੇ ਇਹਦਾ ਸਿਰ ਪਾੜ ਦਿੱਤਾ ਤੇ ਕੀਤੀ ਜਾਂਦੀ ਕਾਸ਼ ਨਾ ਮਾਰ ਮੈਨੂੰ ਨਾ ਮਾਰ, ਇਹਨੇ ਨਹੀਂ ਮੁੰਡੇ ਨੇ ਛੱਡਿਆ। ਫਿਰ ਬਾਹਰ ਭੱਜ ਤੇ ਆ ਗਈ, ਫਿਰ ਬਾਹਰ ਮਾਰੀ ਜਾਂਦਾ ਵੇਖੋ ਬਾਹਾਂ ਵੇਖੋ ਇਹਦੀਆਂ ਅੱਲ ਪੇਟ ਵੇਖੋ ਢੋਈ ਵੇਖੋ ਐ ਨੀਲੋ ਨੀਲ ਤੇ ਐਡ ਐਡ ਗਚਲੇ ਬਣੇ ਪਏ। ਹਾਂਜੀ ਇਹਦੇ ਚ ਇਹੋ ਜਿਹਾ ਹੀ ਹੋ ਗਿਆ ਤੇ ਜਦੋਂ ਆਸ਼ਕੀ ਤੇ ਭੂਤ ਹੀ ਹੋਵਣੇ, ਆਸ਼ਕੀ ਤੇ ਭੂਤ ਵੜਦੇ, ਉਹ ਆਂਦਾ ਛੱਡਣਾ ਨਹੀਂ ਤਾ ਜੋ ਮਰਜ਼ੀ ਹੋ ਜਾ। ਹਾਂ ਨਹੀਂ ਛਡਾਇਆ, ਨਹੀਂ ਛਡਾਇਆ ਕਿਸੇ ਵੀ ਡਰ। ਹਾਂ ਹਾਂਜੀ ਸਾਰਾ ਕੁਛ ਆਇਆ। ਹਾਂ ਉਹਨਾਂ ਨੂੰ ਆਂਦਾ ਏ ਤੁਸੀਂ ਇਹਦੀ ਪੱਖਦਾਰੀ ਕਰਦੇ ਜੇ, ਤੁਹਾਨੂੰ ਵੀ ਨਾਲ ਰੱਖਾਂ ਤਾਂ ਉਹਨਾਂ ਡਰਦਿਆਂ ਕਿਸੇ ਨੇ ਹੱਥ ਲਾਇਆ, ਕੋਲੇ ਤੁਰੇ ਫਿਰਦੇ ਨੇ ਅੱਡ ਅੱਡ ਵੱਡੇ ਜਵਾਨ ਮੁੰਡੇ ਨੇ। ਹਾਂਜੀ ਨਹੀਂ ਹੋਈ ਕਾਰਵਾਈ ਨਹੀਂ ਕੀਤੀ, ਸਾਡਾ ਕੁਛ ਬਣਦਾ ਹੀ ਨਹੀਂ ਪਿਆ।